ਪ੍ਰੀਖਣ ਇਹ ਪ੍ਰੀਖਣ ਵੈਕਿਊਮ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਤੁਹਾਨੂੰ ਨਾਲੀਆਂ ਸਾਫ਼ ਕਰਨ ਵਾਲੇ ਦੋ ਰਬੜ ਪਲੰਗਰ ਚਾਹੀਦੇ ਹੋਣਗੇ। ਇਹਨਾਂ ਦੋਨਾਂ ਪਲੰਗਰਸ ਨੂੰ ਇੱਕ ਦੂਜੇ ਦੇ ਮੂੰਹ ਨਾਲ ਜੋੜ ਦਿਓ ਅਤੇ ਚੰਗੀ ਤਰ੍ਹਾਂ ਦਬਾ ਦਿਓ। ਇਹ ਦੋਨਾਂ ਪਲੰਗਰਸ ਨੂੰ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਬੰਦ ਕਰ ਦੇਵੇਗਾ। ਜੋ ਤੁਸੀਂ ਦੋਨਾਂ ਨੂੰ ਹੈਂਡਲ ਤੋਂ ਫੜ ਕੇ ਖਿੱਚੋਗੇ ਤਾਂ ਉਹਨਾਂ ਨੂੰ ਵੱਖ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਵਾਲਾ ਕੰਮ ਹੋਵੇਗਾ। ਇਸ ਨੂੰ ਬੰਦੇ ਚਾਹੇ ਜਿੰਨੀ ਮਰਜ਼ੀ ਜ਼ੋਰ ਨਾਲ ਖਿੱਚਣ ਪਰ ਵੱਖ ਨਹੀਂ ਕਰ ਸਕਣਗੇ। ਇਹ ਵੈਕਿਊਮ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਹੁਣ ਫਲੈਕਸੀ ਸਕਸ਼ਨ ਕੱਪ ਲਓ ਜੋ ਕਿ ਸ਼ੀਸ਼ਿਆਂ ਨਾਲ ਲੱਗੇ ਹੁੰਦੇ ਹਨ। ਉਹਨਾਂ ਨੂੰ ਮੂੰਹ ਨਾਲ ਜੋੜ ਦਿਓ ਅਤੇ ਸਾਰੀ ਹਵਾ ਕੱਢਣ ਨਾਲ ਲਈ ਚੰਗੀ ਤਰ੍ਹਾਂ ਦਬਾਓ। ਹੁਣ ਉਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਚਾਹੇ ਜਿੰਨੀ ਮਰਜ਼ੀ ਜ਼ੋਰ ਲਗਾਓ ਪਰ ਉਹਨਾਂ ਨੂੰ ਵੱਖ ਨਹੀਂ ਕਰ ਸਕੋਗੇ। ਇੱਕ ਵਾਰ ਫਿਰ ਵੈਕਿਊਮ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਇਹ ਤੁਸੀਂ ਬੱਚਿਆਂ ਨੂੰ ਕਰਨ ਲਈ ਵੀ ਕਹਿ ਸਕਦੇ ਹੋ।